ਸਮਝੌਤਾ ਹੋਏਗਾ, 9 ਮਾਸ ਦਾ ਰਿਸ਼ਤਾ ਦੁਬਾਰਾ ਕਾਇਮ ਹੋਏਗਾ? ਸਾਡਾ ਮੈਂ ਤਾਂ ਨਿਕਲ ਦੱਸਾਂ, ਸਾਡਾ ਰਿਸ਼ਤਾ ਚੱਲੀ ਜਾਂਦਾ ਸੀ BSP ਨਾਲ, ਹਲੇ ਵੀ ਚੱਲੀ ਜਾਂਦਾ ਸੀ, ਪਰ ਮੈਨੂੰ ਅਖਬਾਰ 'ਚ ਪੜ੍ਹਿਆ ਕੁਛ ਹੋਇਆ ਅਤੇ ਮੈਨੂੰ ਲੱਗਦਾ ਤੁਸੀਂ ਜ਼ਿਆਦਾ ਫਿਕਰ ਕਰਦੇ ਹੋ, ਸਾਡਾ ਫਿਕਰ ਸਾਨੂੰ ਸਾਡੇ ਕੋਲ ਹੀ ਰਹਿਣ ਦਿਓ, ਫਿਕਰ ਸਾਨੂੰ, ਅਸੀਂ ਕੌਮ ਦਾ ਪੰਜਾਬ ਦਾ ਫਿਕਰ ਸਾਡੇ ਕੋਲ, ਤੁਹਾਨੂੰ ਟੈਨਸ਼ਨ ਨਹੀਂ ਰੱਖਣੀ। ਸਰ ਢੀਂਡਸਾ ਸਾਹਿਬ ਨੇ ਕਿਹਾ ਸੀਗਾ ਜਦੋਂ ਤੱਕ ਤੁਸੀਂ ਪ੍ਰਧਾਨ ਹੋ ਮੈਂ ਵਾਪਸੀ ਨਹੀਂ ਕਰਾਂਗਾ, ਕੀ ਤੁਸੀਂ ਕਿਦਰ ਸਿੰਘ ਜੀ ਸੰਘਾਈ ਇਹਨਾਂ ਨੂੰ ਵਾਪਸ ਕਰ ਰਹੇ ਹੋ? ਯਾਰ ਇੱਕ ਗੱਲ ਦੱਸਾਂ ਕੀ ਹੈ, ਇੱਕ ਤਾਂ ਨੌਜਵਾਨ ਤੂੰ ਬੇਟਾ ਹੈ, ਬਜ਼ੁਰਗਾਂ ਨੂੰ ਐਂ ਨਹੀਂ ਗੱਲ ਕਰੀਦੀ ਹੁੰਦੀ, ਇਹ ਚੰਗਾ ਨਹੀਂ ਹੁੰਦਾ, ਕਿਉਂਕਿ ਸੀਨੀਅਰ ਆਪਣੇ ਸਾਰਿਆਂ ਦੇ ਬਜ਼ੁਰਗ ਹੈ। ਤੋ ਦੇਖੋ ਮੇਰੇ ਤਾਂ, ਮੈਂ ਇਹਨਾਂ ਦਾ ਬੇਟਾ ਬੱਚਾ, ਮੈਂ ਜਵਾਬ ਦੇ ਦੇਣਾ ਜੀ। ਗੱਲ ਇਹ ਆ ਵੀ ਹੁਣ ਸਿਚੁਏਸ਼ਨ ਵੀ ਹੋਰ ਚੇਂਜ ਹੋ ਗਈ, ਅੱਜ ਉਹ ਪੁਰਾਣੀ ਗੱਲ ਨਹੀਂ ਰਹੀ, ਜੋ ਹਾਲਾਤ ਪੰਜਾਬ ਦੇ ਅਤੇ ਪੰਥ ਦੇ ਅੱਜ ਦੇਖੇ ਹੈ, ਪਰ ਉਹ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਕਿ ਕੀ ਹਾਲਾਤ ਇਕੱਠੇ ਹੁੰਦੇ। ਪੰਜਾਬੀ ਦਾ ਗੀਤ ਹੈ, ਦੋ ਸਿਰ ਜੁੜਦਿਆਂ ਦੇ ਕੋਈ ਚੰਦਰਾ ਮਾਰਦਾ ਭਾਨੀ। ਮੈਂ ਤਾਂ ਉਹਨਾਂ ਨੂੰ, ਜੇ ਮੇਰੀ ਸੁਣ ਰਿਹਾ ਥਰੂ ਦਾ TV, ਮੈਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਜ਼ਰੂਰ ਅਕਾਲੀ ਦਲ 'ਚ ਆਉਣ, ਅਤੇ ਇਕੱਲੇ ਉਹ ਨਹੀਂ, ਦੂਜੇ ਵੀ ਸਾਥੀ ਜਿਹੜੇ ਹੈਗੇ ਉਹਨਾਂ ਨੂੰ ਬੇਨਤੀ ਕਰਦਾ ਕਿ ਮੇਰੇ ਤਰਫੋਂ ਮੈਂ ਤੈਨੂੰ ਅੱਜ ਕੇ ਮੈਂ ਤੁਹਾਡੇ ਰਾਹੀਂ ਹੱਥ ਜੋੜ ਕੇ ਬੇਨਤੀ ਕਰਨਾ, ਤੇ ਇਕੱਲੇ ਉਹਨਾਂ ਨੂੰ ਨੀ, ਸਾਰੇ ਕਈ ਲੋਕ, ਕੋਈ ਅਲੱਗ ਅਲੱਗ ਪਾਰਟੀਆਂ ਗਏ, ਭਾਵੇਂ ਕੋਈ ਕਾਂਗਰਸ 'ਚ ਚਲਾ ਗਿਆ, ਕੋਈ ਆਪ 'ਚ ਚਲਾ ਗਿਆ, ਸਾਰਿਆਂ ਨੂੰ ਕਹਿਣਾ ਪੰਜਾਬ ਵਾਸਤੇ, ਕੌਮ ਵਾਸਤੇ ਇਕੱਠੇ ਹੋ ਜਾਈਏ ਇੱਕ ਝੰਡੇ ਥੱਲੇ, ਅਕਾਲੀ ਦਲ ਤੁਹਾਡਾ ਆਪਣਾ। ਅੱਜ ਬਜਟ ਪੇਸ਼ ਹੋਇਆ ਵਿਧਾਨ ਸਭਾ ਦੇ ਵਿੱਚ, ਅੱਜ ਕੀ ਕਹਿਣਾ ਚਾਹੁੰਦੇ ਹੋ ਤੁਸੀਂ, ਕਿਉਂਕਿ ਕਈ ਸਰਕਾਰ ਨੇ ਵਾਅਦੇ ਕੀਤੇ? ਇੰਨਾ ਨਿਕੰਮਾ ਮੁੱਖ ਮੰਤਰੀ ਪੰਜਾਬ ਦੇ ਨੀ, ਹਿੰਦੁਸਤਾਨ ਦੇ ਇਤਿਹਾਸ 'ਚ ਨੀ, ਮੈਂ ਤਾਂ ਇੰਨਾ ਨਿਕੰਮਾ ਮੁੱਖ ਮੰਤਰੀ ਹੈ, ਇਹਨੂੰ ਨਾ ਬਜਟ ਪਤਾ ਹੈ, ਨਾ ਬੋਲਣ ਦਾ ਤਰੀਕਾ ਪਤਾ ਹੈ। ਮੈਂ ਲੱਗਦਾ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਹੈ, ਅਤੇ ਮੈਂ ਹੈ ਨਾ ਅਸੈਂਬਲੀ ਦੀ ਮਰਿਆਦਾ ਦਾ ਪਤਾ, ਨਾ ਅਸੈਂਬਲੀ ਵਿੱਚ ਪ੍ਰੋਟੋਕੋਲ ਦਾ ਪਤਾ ਹੈ। ਮੈਂ ਕਹਿੰਦਾ, ਬੇਨਤੀ ਕਰਨਾ ਚਾਹੁੰਦਾ, ਜੇ ਥੋੜ੍ਹਾ ਮੋਟਾ ਵੀ ਅਕਲ ਹੋਏ, ਜੇ ਉਹਨੂੰ ਨਹੀਂ ਸਿਸਟਮ ਦਾ ਪਤਾ, ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ 25 ਸਾਲ ਰਹੇ, ਉਹਨਾਂ ਦੀਆਂ ਵੀਡੀਓ ਕਢਾ ਕੇ ਸ਼ਾਮ ਨੂੰ ਦੇਖ ਲਏ ਕਿ ਮੁੱਖ ਮੰਤਰੀ ਦਾ ਮਤਲਬ ਕੀ ਹੁੰਦਾ ਅਤੇ ਕਿਵੇਂ ਮੁੱਖ ਮੰਤਰੀ ਅਸੈਂਬਲੀ 'ਚ ਬਿਹੇਵ ਕਰਦਾ, ਉਹਨਾਂ ਨੂੰ ਜੇ ਸਿੱਖਣਾ ਚਾਹੀਦਾ। ਦੂਜੀ ਗੱਲ ਬਜਟ ਐਡੇ ਵੱਡੇ ਠੱਗਾ ਹੈ, ਆਹ ਬਜਟ ਪੇਸ਼ ਕੀਤਾ, ਤੁਸੀਂ ਹੈਰਾਨ ਰਹਿ ਜਾਓਗੇ, 2 ਲੱਖ ਕਰੋੜ ਦਾ ਇਹਨਾਂ ਨੇ ਬਜਟ ਪੇਸ਼ ਕੀਤਾ ਜੀ, ਕਹਿੰਦੇ 2 ਲੱਖ ਕਰੋੜ ਦਾ। ਮੈਂ ਮੋਟੀਆਂ ਮੋਟੀਆਂ ਗੱਲ ਦਾ ਪੁੱਛਣਾ ਚਾਹੁੰਦਾ, ਇਸ ਬਜਟ ਵਿੱਚ ਉਹਨਾਂ ਨੇ ਜਦੋਂ ਕਹਿੰਦੇ ਹੁੰਦੇ ਸੀ, ਜਦੋਂ ਵੋਟਾਂ ਮਿਲੀਆਂ, ਕਹਿੰਦੇ 1000 ਰੁਪਇਆ ਹਰ ਔਰਤ ਨੂੰ ਦੇਵਾਂਗੇ, ਅੱਜ ਮੈਨੂੰ ਲੱਗਦਾ ਦੂਜਾ ਬਜਟ ਹੋ ਗਿਆ, ਮੈਨਸ਼ਨ ਹੀ ਹੈ ਨਹੀਂ, ਤੀਜਾ ਮੈਨਸ਼ਨ ਹੀ ਹੈ ਨਹੀਂ। ਮੁਲਾਜ਼ਮਾਂ ਨੂੰ ਇਹਨਾਂ ਨੇ ਕਿਹਾ ਸੀ ਓਲਡ ਪੈਨਸ਼ਨ ਬਹਾਲ ਕਰਾਂਗੇ, ਇਹਦਾ ਜ਼ਿਕਰ ਹੀ ਹੈ ਨਹੀਂ। 2 ਲੱਖ ਕਰੋੜ ਤੋਂ ਰੋਜ਼ ਕਹਿੰਦਾ ਮੈਂ ਨੌਜਵਾਨਾਂ ਦੀ ਅਸੀਂ ਕਰਾਂਗੇ ਨੌਜਵਾਨਾਂ ਵਾਸਤੇ, ਤੁਸੀਂ ਦੇਖੋ ਪੂਰੇ ਬਜਟ ਵਿੱਚ 61 ਕਰੋੜ, 2 ਲੱਖ ਕਰੋੜ ਵਿੱਚੋਂ 61 ਕਰੋੜ ਹੀ ਫੋਰ ਯੂਥ ਹੈ, 61 ਕਰੋੜ। ਦੂਜੀ ਗੱਲ,
ਕਹਿੰਦਾ ਪੰਜਾਬ 'ਚ ਇੰਡਸਟਰੀ ਲੈ ਕੇ ਆਉਣੀ ਹੈ, ਇੰਡਸਟਰੀ ਕਹਿੰਦਾ। ਜਦੋਂ ਜਾਂਦੇ ਆ ਬੰਬੇ, ਉਦੋਂ ਜਾ ਕੇ ਕਹਿੰਦੇ ਸਾਡੇ ਦੇਖੋ, ਸਾਡੇ 4-lane ਸੜਕਾਂ ਦੇਖੋ, ਸਾਡੇ ਏਅਰਪੋਰਟ ਦੇਖੋ, ਸਾਡੇ ਪਾਵਰ ਸਰਪਲਸ, ਐਂ ਤਾਂ ਦੱਸਦਾ ਨਹੀਂ ਕਿ ਬਾਦਲ ਸਾਹਿਬ ਨੇ ਬਣਾਇਆ। ਅਤੇ ਇਨਸੈਂਟਿਵ, ਇਨਸੈਂਟਿਵ ਦੇਖੋ ਹੁਣ ਜਿਹਨੂੰ ਲੈ ਕੇ ਆਉਣਾ ਇੱਥੇ ਕਿੰਨਾ ਰੱਖਿਆ ਬਜਟ ਵਿੱਚ, ਅਗਲੇ ਸਾਲ ਵਿੱਚ 50 crore ਰੱਖਿਆ ਇੰਡਸਟਰੀਅਲ ਇਨਸੈਂਟਿਵ ਵਾਸਤੇ, ਇਕੱਲਾ 50 crore ਕਿਹੜਾ ਆਊਗਾ ਇੱਥੇ ਤੁਹਾਡੇ ਕੋਲ? ਇੱਕ ਤਾਂ ਇਹਦੀ ਸ਼ਕਲ ਦੇਖ ਕੇ ਨਹੀਂ ਕਿਸੇ ਨੇ ਆਉਣਾ, ਹੈ ਇੱਕ ਇਹਦੇ ਬਿਹੇਵੀਅਰ ਦੇਖ ਕੇ ਨਹੀਂ ਆਉਣਾ, ਇੱਕ ਜਾਇਜ਼ੀ ਹਾਲਾਤ ਲੋਅ ਐਂਡ ਆਰਡਰ ਦੀ ਸਿਰ 'ਤੇ ਕੋਈ ਆਉਣਾ ਨਹੀਂ, 50 crore। ਦੂਜੀ ਗੱਲ ਜਿਹੜੀ ਸਭ ਤੋਂ ਮਾੜੀ ਹੈ, ਦੇਖੋ ਆਪਣੇ ਹੜ ਆਏ, ਕਰੋੜਾਂ ਰੁਪਈਏ ਦੇ ਨੁਕਸਾਨ ਹੋਇਆ, 1 rupee ਮੁਆਵਜ਼ਾ ਨਹੀਂ। ਆਪਣਾ ਜਿਹੜੇ ਨਰਮੇ ਦੀ ਸੁੰਡੀ ਪੈ ਕੇ ਤਬਾਹ ਹੋ ਗਿਆ, 1 rupee ਮੁਆਵਜ਼ਾ ਨਹੀਂ। ਗੜੇ ਪੈ ਗਏ, 1 rupee ਨਹੀਂ। ਮੈਂ ਹੁਣੀ ਕੱਲ੍ਹ ਹੀ ਪਰਸੋਂ ਕੱਲ੍ਹ ਗਿਆ ਸੀ, ਇੱਥੇ ਗੜੇ ਪਏ ਆ ਬਠਿੰਡੇ ਤੋਂ ਲੈ ਕੇ ਮੋਗੇ ਤੱਕ, ਮੈਨੂੰ ਲੱਗਦਾ 15 ਪਿੰਡਾਂ 'ਤੇ ਮੈਂ ਗਿਆ ਸੀ, ਘੱਟ ਤੋਂ ਘੱਟ 100 ਪਿੰਡ ਹੋਣਾ ਜਿੱਥੇ ਫਸਲ ਤਬਾਹ ਹੈ। ਇਹਨੇ ਪੂਰੇ ਬਜਟ ਵਿੱਚ ਅਗਲੇ ਸਾਲ ਬਸ ਅਸਿਸਟੈਂਸ ਟੂ ਫਾਰਮਰ ਫੋਰ ਨੈਚੁਰਲ ਕਲੈਮਿਟੀ, ਕਿ ਜੇ ਕੋਈ ਗੜੇ ਗੁੜੇ ਪੈਣਗੇ ਪੂਰੇ ਪੰਜਾਬ ਵਿੱਚ ਅਗਲੇ ਸਾਲ, 130 crore rupees। 100 crore ਤਾਂ ਬਾਦਲ ਸਾਹਿਬ ਨੇ ਚੋਣੀਆਂ ਨੂੰ ਦਿੱਤਾ ਸੀ, ਜਦੋਂ ਨਰਮੇ ਦੀ ਫਸਲ ਨੁਕਸਾਨ ਹੋਇਆ ਸੀ, 500 crore rupees ਇੱਕ ਫਸਲ ਦਿੱਤਾ, ਜਿਹੜੇ ਪੂਰੇ ਸਾਲ ਵਾਸਤੇ 130 crore rupees। ਆ ਬਜਟ ਪੇਸ਼ ਕਰਨਾ, ਤਬਾਹ ਕਰਤਾ ਸੂਬਾ ਇਸ ਕਰਕੇ। ਮੈਂ ਹੋਰ, ਅੱਛਾ ਇੱਕ ਹੋਰ ਗੱਲ ਹੈ, ਤੁਸੀਂ ਮੈਂ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ, ਪਿਛਲੇ ਬਜਟ ਵਿੱਚ 2 lakh crore ਵਿੱਚੋਂ ਉਦੋਂ 2.5 lakh ਸੀ, 10,000 crore ਰੱਖਿਆ ਸੀ ਕੈਪੀਟਲ ਐਕਸਪੈਂਡੀਚਰ। ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਡਿਵੈਲਪਮੈਂਟ ਐਗਤੀ। ਬਜਟ ਤਾਂ 25,000 crore ਵੱਧ ਗਿਆ ਅਤੇ ਕੈਪੀਟਲ ਐਕਸਪੈਂਡੀਚਰ ਘੱਟ ਗਿਆ, ਹੁਣ 7,500 crore ਕਰਤਾ। ਤੁਸੀਂ ਦੇਖੋ ਜਿਸ ਸੂਬੇ ਦਾ ਮੁੱਖ ਮੰਤਰੀ ਕੈਪੀਟਲ ਐਕਸਪੈਂਡੀਚਰ ਹੀ ਘਟਾ ਦੇ, ਅਤੇ ਰੱਖਿਆ ਕਿਹਦੇ ਵਾਸਤੇ ਹੈ? ਆਪਣੀ ਸ਼ਕਲ ਦਿਖਾਉਣ ਵਾਸਤੇ, ਮਸ਼ਹੂਰੀ ਕਰਨ ਵਾਸਤੇ ਸਾਰਾ ਪੈਸਾ। ਮੈਂ ਹੁਣ ਤਾਂਹੀਓ ਮੈਂ ਬੇਨਤੀ ਕਰਨ ਆਇਆ ਸਾਰਿਆਂ ਲੋਕਾਂ ਨੂੰ, ਪੰਜਾਬ ਬਚਾ ਲਓ। ਆਹ ਜਿਹੜੇ ਝਾੜੂ ਵਾਲੇ ਹੈ, ਇਕੱਲੇ ਪੰਜਾਬੀ ਹੈ ਜਿਹੜੇ ਇਹਨਾਂ ਦੇ ਕਾਬੂ ਆ ਗਏ। ਦੇਖੋ ਹਿੰਦੁਸਤਾਨ 'ਚ ਇਹਨਾਂ ਨੇ ਆਹੀ ਝੂਠ ਪੂਰੇ ਦੇਸ਼ ਬੋਲਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਨਹੀਂ ਵਾੜਿਆ। ਹੁਣ 13-0 ਕਹਿੰਦਾ, 13-0 ਉਹ ਸਹੀ ਕਹਿ ਰਿਹਾ, 0 ਇਹਨੂੰ ਮਿਲਣੀ ਹੈ, ਜਿਹੜੀਆਂ 0 ਹੋਣੀਆਂ ਆਮ ਆਦਮੀ ਪਾਰਟੀ ਦੀ ਸੀਟਾਂ ਹੋਣੀਆਂ 13 ਸੀਟਾਂ। ਮੈਡਮ ਮੈਂ ਬਜਟ ਦੀ ਗੱਲ ਕਰੀ ਜਾਂਦਾ ਤੁਹਾਨੂੰ, ਮੈਂ ਪੰਜਾਬ ਦੀ ਬਚਾਉਣ ਦੀ ਗੱਲ ਕਰੀ ਜਾਂਦਾ ਤੁਸੀਂ। ਚਲੋ ਥੈਂਕ ਯੂ ਵੈਰੀ ਮਚ। ਫੋਟੋ ਕੀ ਢੀਂਡਸਾ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ਦੇ 6 ਸਾਲਾਂ ਬਾਅਦ ਘਰ ਵਾਪਸੀ ਹੋ ਚੁੱਕੀ ਹੈ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਾ ਪਾਰਟੀ ਦੇ ਵਿੱਚ ਵੈਲਕਮ ਕੀਤਾ ਗਿਆ, ਨਾਲ ਹੀ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਵੀ ਥਾਪਿਆ ਗਿਆ, ਜਿਸਦਾ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜ਼ਿਕਰ ਕੀਤਾ ਗਿਆ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਹਾਲਾਂਕਿ ਹੋਰਨਾਂ ਆਗੂਆਂ ਨੂੰ ਵੀ ਅਪੀਲ ਕੀਤੀ ਹੈ, ਬੀਬੀ ਜਗੀਰ ਕੌਰ ਦਾ ਬਕਾਇਦਾ ਉਹਨਾਂ ਦੇ ਵੱਲ ਨਾਮ ਲਿਆ ਗਿਆ, ਜ਼ਿਕਰ ਕੀਤਾ ਗਿਆ ਕਿ ਉਹਨਾਂ ਨੂੰ ਅਪੀਲ ਕਰਦੇ ਨੇ ਕਿ ਉਹ ਵੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਨ। ਹੋਰ ਜਿਹੜੇ ਆਗੂ ਪਾਰਟੀ ਤੋਂ ਜਾ ਚੁੱਕੇ ਨੇ ਉਹਨਾਂ ਨੂੰ ਵੀ ਘਰ ਵਾਪਸੀ ਦਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ
ਸੱਦਾ ਦਿੱਤਾ ਗਿਆ ਕਿ ਉਹ ਨੌਜਵਾਨ ਇਕੱਠੇ ਹੋ ਕੇ ਇਸ ਪਾਸੇ ਅਕਾਲੀ ਦਲ ਨੂੰ ਜਾਣ। ਇਹੀ ਹੈ ਕਿ ਇਹਨਾਂ ਸੋਚਿਆ ਵੀ ਅਸੀਂ ਨਵੇਂ ਪੁਰਾਣੇ ਬੰਦੇ ਜਾ ਸਕਦੇ, ਪੁਰਾਣੇ ਦਾ ਖਿਆਲ ਰੱਖਿਆ। ਇਸ ਦੌਰਾਨ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਲਈ ਅੱਜ ਖੁਸ਼ੀ ਦਾ ਦਿਨ ਹੈ, ਇਤਿਹਾਸਕ ਦਿਨ ਹੈ। ਢੀਂਡਸਾ ਸਾਹਿਬ ਸੀਨੀਅਰ